ਕਹਿੰਦਾ ਮੰਮੀ ਤੂੰ ਸ਼ੇਰਨੀ ਮਾਂ ਬਣ ਜਾ, ਮਾਂ ਤੂੰ ਸ਼ੇਰਨੀ ਬਣ ਜਾ, ਤੇਤੋਂ ਤੇ ਬੜੀਆਂ ਬੜੀਆਂ ਤੁਰੀਆਂ ਫਿਰਦੀਆਂ। ਮੈਂ ਮੇਰੇ ਪ੍ਰਸ਼ਨ ਹੋਏ ਪੁੱਤ ਮੇਰੇ ਕੋਲ ਨਹੀਂ ਫਿਰਿਆ ਜਾਂਦਾ। ਘਾਟਾ ਤੇ ਪੂਰਾ ਹੋ ਨਹੀਂ ਸਕਦਾ, ਪਰ ਹੋਰ ਨਾ ਕਿਸੇ ਦਾ ਹੋਵੇ ਇੱਦਾਂ, ਕਿਸੇ ਮਾਂ ਦਾ ਪੁੱਤ, ਕਿਸੇ ਹੋਰ ਮਾਂ ਦਾ ਪੁੱਤ ਨਾ ਹੋਵੇ ਇੱਦਾਂ। ਜਸਵੀਰ ਸਿੰਘ ਅਮਰ ਰਹੇ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ। ਮੇਰੇ ਕੋਲ ਅੱਜ ਚਾਰ ਦਿਨ ਹੋ ਗਏ, ਚੌਂ ਦਿਨਾਂ ਦੀ, ਚੌਂ ਪੰਜਾਂ ਦਿਨਾਂ ਦੀ ਹੋਈ ਵੀ ਇੰਨਾ ਗੱਲ ਮੇਰੇ ਨਾਲ। ਰਾਤ ਫੋਨ ਕੀਤਾ ਮੈਨੂੰ ਉਹਨੇ, ਰੋਟੀਆਂ ਪਕਾਉਣ ਲੱਗੇ। ਉਦਣ ਦੀ ਗੱਲ ਮੇਰੇ ਨਾਲ ਮੇਰੇ ਵੀਰ ਦੀ ਹੋਈ ਆ। ਕੀ ਕਹਿੰਦਾ ਸੀ? ਮੈਨੂੰ ਆਂਦਾ ਮੰਮੀ ਕੀ ਕਰਨ ਡਈ? ਮੈਂ ਰੋਟੀਆਂ ਪੁੱਤ ਬਣਾਉਣ ਡਈ ਆ। ਆਂਦਾ ਖਾ ਲਈ ਰੋਟੀ ਤੁਸੀਂ? ਹੋਏ, ਮੈਂ ਹਜੇ ਮੈਂ ਪਕਾਉਣ ਡਈ ਆ। ਮੇਰਾ ਪੁੱਤ ਆਂਦਾ ਮੰਮੀ, ਮੈਂ ਪਤਾ ਮੇਰੇ ਕੋਲ ਕੰਮ ਨੀ ਹੁੰਦਾ, ਤੂੰ ਆਪਣਾ ਵਿਆਹ ਕਰਾ ਲਾ, ਨਹੀਂ ਮੇਥੋਂ ਕੰਮ ਹੁੰਦਾ। ਮੈਨੂੰ ਆਂਦਾ ਮੰਮੀ ਤੂੰ ਸ਼ੇਰਨੀ ਮਾਂ ਬਣ ਜਾ, ਮਾਂ ਤੂੰ ਸ਼ੇਰਨੀ ਬਣ ਜਾ, ਤੇਤੋਂ ਤੇ ਬੜੀਆਂ ਬੜੀਆਂ ਤੁਰੀਆਂ ਫਿਰਦੀਆਂ। ਮੈਂ ਮੇਰੇ ਪ੍ਰਸ਼ਨ ਹੋਏ ਪੁੱਤ ਮੇਰੇ ਕੋਲ ਨਹੀਂ ਫਿਰਿਆ ਜਾਂਦਾ। ਪਤਾ ਨਹੀਂ ਮੇਰੇ ਪੁੱਤ ਨੇ ਮੈਨੂੰ ਛੱਡ ਕੇ ਚਲ ਜਾਣਾ। ਆਂਦਾ ਮੈਨੂੰ ਤੂੰ ਛੁੱਟੀ ਮਹੀਨੇ ਦੀ ਲੈ ਆਉਣਾ ਵਾ, ਮੇਰਾ ਜੀ ਕਰਦਾ ਤੁਹਾਨੂੰ ਵੇਖਣ ਨੂੰ। ਮੈਂ ਡੱਕ ਦਿੱਤਾ, ਮੈਂ ਕੋਈ ਗੱਲ ਨੀ ਪੁੱਤ, ਆਵੇਂਗਾ ਤੇਰਾ ਵਿਆਹ ਕਰਾਂਗੇ। ਮੈਨੂੰ ਪਤਾ ਨਹੀਂ ਮੇਰੇ ਪੁੱਤ ਨੇ ਮੈਨੂੰ ਧੋਖਾ ਦੇ ਜਾਣਾ, ਸਗੋਂ ਮੇਰੇ ਘਰ ਦੇ ਲਾਂਡਾ ਪੈਂਦੇ। ਤੂੰ ਮੇਰਾ ਕਿੰਨਾ ਕੁ ਜੀ ਕੀਤਾ, ਉਹਨੂੰ ਤੂੰ ਕਿਉਂ ਡੱਕ ਦਿੱਤਾ? 14 ਦੇ ਅਖੀਰ ਜੇ 15 ਜੀ ਮਤਲਬ ਚੜੇ ਚੜਾਂ ਦੇ ਜਿੱਦਾਂ ਹੁਣ ਆ ਮਤਲਬ ਗਏ ਤੇ ਚੰਗੇ ਭਲੇ ਜਾ ਕਰੋ ਮਤਲਬ ਦੇ ਦੀ ਸੇਵਾ ਕਰਦੇ ਸੀ ਤੇ ਸਾਨੂੰ ਆ ਕੱਲ੍ਹ ਫੋਨ ਆਇਆ ਸੀ ਓ ਸਾਹਿਬ ਨੂੰ ਲਾਇਆ ਅਤੇ ਜਵਾਨ ਨੇ ਬਹੁਤ ਡਟ ਕੇ ਮੁਕਾਬਲਾ ਕੀਤਾ ਪਾਕਿਸਤਾਨੀਆਂ ਨਾਲ ਅਤੇ ਚੋਟ ਲੱਗ ਗਈ ਹੈ ਗਰਦਨ 'ਤੇ। 4-6 ਵਜੇ ਮੈਨੂੰ ਮਤਲਬ ਫੋਨ ਆਇਆ ਅਤੇ ਫੋਨ ਸੁਣਿਆ ਨਹੀਂ ਗੱਲ, ਟੱਕ ਟੁੱਟ ਗਿਆ ਉਸੇ ਵੇਲੇ। ਜੰਗ ਹੋਈ ਆ, ਮੁਠਭੇੜ ਹੋਈ ਆ, ਉਹਦੇ ਵਿੱਚ ਇਹਦੇ ਗੋਲੀ ਲੱਗ ਗਈ ਆ ਅਤੇ ਮੁੜ ਕੇ ਆਉਂਦੇ ਵੀ 6:30 ਵਜੇ ਸਾਨੂੰ ਪਤਾ ਲੱਗਾ, ਕੌਲ ਆਈ ਆ ਵੀ ਡੈਥ ਹੋ ਚੁੱਕੀ ਆ। ਛੋਟਿਆਂ ਮੈਂ ਉਹਦੇ ਨਾਲ, ਉਹ ਮੇਰੇ ਵੱਡੇ ਵੀਰ ਸੀ। ਸਰਕਾਰ ਨੂੰ ਇਹੋ ਚਾਹੁੰਦੇ ਹਾਂ ਵੀ ਇਹੋ ਜਿਹੇ ਕੰਮਾਂ ਤੋਂ ਬਚਾ ਕੇ ਰੱਖੋ। ਘਾਟਾ ਤੇ ਪੂਰਾ ਹੋ ਨਹੀਂ ਸਕਦਾ, ਪਰ ਹੋਰ ਨਾ ਕਿਸੇ ਦਾ ਹੋਵੇ ਇੱਦਾਂ, ਕਿਸੇ ਮਾਂ ਦਾ ਪੁੱਤ, ਕਿਸੇ ਹੋਰ ਮਾਂ ਦਾ ਪੁੱਤ ਨਾ ਹੋਵੇ ਇੱਦਾਂ। ਉਹਦਾ ਜੀ ਸਾਰੇ ਪਿੰਡ ਦੇ ਵਿੱਚ, ਸਾਰੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ, ਸੇਵਾ ਭਾਵਨਾ ਦੇ ਵਿੱਚ ਬਹੁਤ ਜ਼ਿਆਦਾ ਸੀ। ਗੁਰੂ ਘਰ ਗੋਇੰਦਵਾਲ ਸਾਹਿਬ ਜਾ ਕੇ ਉਹਨੇ ਪਹਿਲਾਂ ਫਲੱਸ਼ਾਂ ਸਾਫ਼ ਕਰਨੀਆਂ ਜਦੋਂ ਛੁੱਟੀ 'ਤੇ ਉਹਨਾਂ 'ਤੇ
ਭਰਤੀ ਹੋਣ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਉਹਨੇ ਗੋਇੰਦਵਾਲ ਸਾਹਿਬ ਜਾ ਕੇ। ਉਹਦੀ ਘਾਟ ਸਾਨੂੰ ਸਾਰੀ ਉਮਰ ਪੂਰੀ ਨਹੀਂ ਹੋ ਸਕਦੀ, ਨਗਰ ਨੂੰ ਵੀ ਘਾਟ ਆ ਸਾਰੇ ਨੂੰ। ਹੈਲੋ ਜਸਬੀਰ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸੀਗਾ, ਮੈਂ ਉਹਦਾ ਦੋਸਤ ਹਾਂ। ਅਸੀਂ ਜਦੋਂ ਵੀ ਉਹ ਛੁੱਟੀ ਆਉਂਦਾ ਸੀਗਾ, ਜ਼ਿਆਦਾ ਗੁਰੂ ਨੂੰ ਬਹੁਤ ਜ਼ਿਆਦਾ ਮੰਨਣ ਵਾਲਾ ਸੀਗਾ। 2018-12-2014 ਨੂੰ ਇੱਥੋਂ ਐਜ਼ ਏ ਰੰਗਰੂਟ ਗਿਆ ਸੀਗਾ। ਤਕਰੀਬਨ ਅੱਜ ਤੋਂ ਦੋ ਕੁ ਦਿਨ ਪਹਿਲਾਂ ਉਹਨੂੰ 7 ਸਾਲ ਪੂਰੇ ਹੋਏ ਆ ਅਤੇ ਭਰਤੀ ਹੋਇਆ। ਉਹਨੇ ਮਤਲਬ ਕਿ ਬਹੁਤ ਜ਼ਿਆਦਾ ਸੰਘਰਸ਼ ਕੀਤਾ, ਜਦੋਂ ਭਰਤੀ ਦੇਖਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ। ਸਰਕਾਰ ਨੂੰ ਇਹੋ ਅਪੀਲ ਆ, ਹਾਂਜੀ, ਅਤੇ ਉਹਨਾਂ ਦੇ ਉਹਦੇ ਨਾਂ 'ਤੇ ਕੁਛ ਨਾ ਕੁਛ ਸਾਡੇ ਨਗਰ ਦੇ ਵਿੱਚ ਉਹ ਬਣਨਾ ਚਾਹੀਦਾ। ਬਾਕੀ ਜਿਹੜੀ ਸਰਕਾਰ ਵੱਲੋਂ ਹੈਲਪ ਆ, ਇਹ ਪਰਿਵਾਰ ਨੂੰ ਕਰਨੀ ਚਾਹੀਦੀ ਆ।